ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ੇ ਕੌਮ ਦੇ ਦਰਸ਼ਕੋ, ਆਪ ਜੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਪਿਛਲੇ ਦਿਨੀ ਪੰਥ ਦੀ ਮਹਾਨ ਸ਼ਖਸੀਅਤ ਬਾਬਾ ਜੋਗਿੰਦਰ ਸਿੰਘ ਜੀ, ਉਹਨਾਂ ਦੇ ਸਪੁੱਤਰ ਭਾਈ ਵੀਰ ਸਿੰਘ ਜੀ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵੱਡੇ ਭਰਾਤਾ ਚੜ੍ਹਾਈ ਕਰ ਗਏ ਸਨ ਅਤੇ ਉਹਨਾਂ ਦੀ ਯਾਦ ਦੇ ਵਿੱਚ ਕੱਲ੍ਹ ਰੋਡੇ ਪਿੰਡ ਵਿਖੇ ਆਤਮਿਕ ਸ਼ਾਂਤੀ ਲਈ ਭੋਗ ਪਾਏ ਜਾ ਰਹੇ ਹਨ, ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਸਮਾਗਮ ਹੋ ਰਿਹਾ ਆ। ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਮੇਰੇ ਨਾਲ ਨਾਲ ਹੀ ਹਾਜ਼ਰ ਹਨ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਬਘੇਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਰਵੀਰ ਸਿੰਘ ਜੀ, ਭਾਈ ਬਘੇਲ ਸਿੰਘ ਜੀ, ਅੱਜ ਆਪਾਂ ਸਾਂਝੀ ਗੱਲਬਾਤ ਕਰਾਂਗੇ ਆਪਣੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵੱਡੇ ਭਰਾਤਾ ਭਾਈ ਵੀਰ ਸਿੰਘ ਜੀ, ਜਿਹੜੇ ਪਿਛਲੇ ਦਿਨ ਚੜ੍ਹਾਈ ਕਰ ਗਏ ਸੀ, ਅਤੇ ਬਹੁਤ ਹੀ ਸਤਿਕਾਰਯੋਗ ਹਸਤੀ ਬਾਬਾ ਜੋਗਿੰਦਰ ਸਿੰਘ ਜੀ, ਜਿਨ੍ਹਾਂ ਨੂੰ ਆਪਾਂ ਬਾਬਾ ਪਰਿਵਾਰ ਵੀ ਕਹਿ ਦਿੰਦੇ ਹਾਂ, ਸੰਤਾਂ ਦੇ ਸਤਿਕਾਰਯੋਗ ਪਿਤਾ ਜੀ, ਉਹਨਾਂ ਦੇ ਸਪੁੱਤਰ ਭਾਈ ਵੀਰ ਸਿੰਘ ਜੀ, ਉਹਨਾਂ ਦੀ ਆਤਮਿਕ ਸ਼ਾਂਤੀ ਲਈ ਕੱਲ੍ਹ ਗੁਰਦੁਆਰਾ ਸੰਤ ਖਾਲਸਾ, ਜੋ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੀ ਯਾਦ ਦੇ ਵਿੱਚ ਬਣਿਆ ਹੋਇਆ, ਉੱਥੇ ਇੰਡੀਆ ਦੇ ਟਾਈਮ ਨਾਲ 11:30 ਤੋਂ 2 ਵਜੇ ਤੱਕ ਜਿਹੜਾ ਉਹਨਾਂ ਨੂੰ ਸ਼ਰਧਾਂਜਲੀ ਸਮਾਗਮ ਹੋ ਰਿਹਾ ਆ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਜੀ ਆਪ ਜੀ ਦਾ, ਜੋ ਜਿਹੜਾ ਤੁਸੀਂ ਇਸ ਵਿਸ਼ੇ ਦੇ ਉੱਪਰ ਸੰਗਤਾਂ ਦੇ ਨਾਲ ਸਾਂਝ ਕਰਵਾ ਰਹੇ ਆ। ਸੋ ਬਾਬਾ ਵੀਰ ਸਿੰਘ ਜੀ, ਜਿਨ੍ਹਾਂ ਨੂੰ ਬਾਪੂ ਵੀਰ ਸਿੰਘ ਜੀ ਕਰਕੇ ਵੀ ਸੰਗਤ ਜਾਣਦੀ ਹੈ, ਜਿਹੜੇ ਤੇ ਗੁਰਮੁਖ ਪਿਆਰੇ ਪੰਥਕ ਸਫਾਵਾਂ ਦੇ ਵਿੱਚ ਵਿਚਰਦੇ ਨੇ, ਜਾਂ ਖਾਸ ਤੌਰ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਸਾਰੇ ਪਰਿਵਾਰ ਦੇ ਨਾਲ ਜਿਨ੍ਹਾਂ ਦੀ ਕੋਈ ਸਾਂਝ ਕਹਿ ਲਓ ਜਾਂ ਗੁਰਮਤ ਰੂਪ ਦੇ ਵਿੱਚ ਵਿਚਰਦੇ ਨੇ, ਉਹਨਾਂ ਨੂੰ ਤੇ ਪਤਾ ਹੈ, ਪਰ ਬਹੁਤ ਸਾਰੀ ਸੰਗਤ ਭੈਰੋ ਵੀਰ ਸਿੰਘ ਜੀ ਐਸੀ ਹੈ ਜਿਨ੍ਹਾਂ ਨੂੰ ਸ਼ਾਇਦ ਨਹੀਂ ਵੀ ਪਤਾ ਕਿ ਬਾਪੂ ਵੀਰ ਸਿੰਘ ਜੀ ਕੌਣ ਸੀਗੇ। ਸੋ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਦਿੱਤਾ ਕਿ ਸੰਤਾਂ ਦੇ ਵੱਡੇ ਭਰਾ ਸਨ ਤੇ ਨਾਲ ਹੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬੜੀ ਕਿਰਪਾ ਸੀ ਇਸ ਪਰਿਵਾਰ ਦੇ ਉੱਪਰ, ਸਾਰੇ ਪਰਿਵਾਰ ਤੇ ਹੀ। ਸੋ ਜਿੱਥੇ ਸੰਤ ਬਾਬਾ ਜਰਨੈਲ ਸਿੰਘ ਜੀ ਹੁਣਾਂ ਨੇ ਪੰਥ ਦੀ ਖਾਤਰ ਕੁਰਬਾਨੀਆਂ ਕੀਤੀਆਂ, ਪੰਥ ਨੂੰ ਇਕੱਤਰ ਕੀਤਾ, ਉੱਥੇ ਬਾਬਾ ਜੋਗਿੰਦਰ ਸਿੰਘ ਜੀ ਜਿਹੜੇ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਸਤਿਕਾਰਯੋਗ ਪਿਤਾ ਜੀ ਸਨ, ਉਹਨਾਂ ਦੇ ਇਹਨਾਂ ਸਪੁੱਤਰਾਂ ਦੇ ਵਿੱਚੋਂ ਹੀ ਬਾਪੂ ਵੀਰ ਸਿੰਘ ਜੀ ਜਿਹੜੇ ਸਨ, ਇਹ ਵੀ ਪਹਿਲੇ ਦਿਨ ਤੋਂ ਹੀ ਜਿਹੜੇ ਨੇ ਉਹ ਨਾਲ ਰਹੇ ਨੇ। ਸੋ ਜਿੱਥੇ ਪੰਜਾਬੀ ਸੂਬੇ ਮੋਰਚੇ ਦੀਆਂ ਗੱਲਾਂ ਹੋਈਆਂ, ਉਸ ਮੋਰਚੇ ਦੇ ਵਿੱਚ ਗ੍ਰਿਫਤਾਰੀਆਂ ਦਿੱਤੀਆਂ ਸੰਤ ਬਾਬਾ ਜਰਨੈਲ ਸਿੰਘ ਜੀ ਹੁਣਾਂ ਵੇਲੇ, ਹਰ ਪੱਖ ਤੋਂ ਜਿਹੜਾ ਅੱਗੇ ਹੋ ਕਰਕੇ ਜਿਹੜਾ ਨਾਲ ਸਹਿਯੋਗ ਦਿੰਦੇ ਰਹੇ ਆ, ਪਰ ਬਾਅਦ ਦੇ ਵਿੱਚ ਕਦੇ ਵੀ ਟੀਵੀ ਦੇ ਉੱਪਰ ਜਾਂ ਪੰਥਕ ਸਫਾਵਾਂ ਦੇ ਵਿੱਚ ਵਿਚਰ ਕੇ ਕਦੇ ਇਸ ਗੱਲ ਦਾ ਜਿਤਾਇਆ ਨਹੀਂ ਕਿ ਅਸੀਂ ਬਹੁਤ ਕੁਰਬਾਨੀਆਂ ਕੀਤੀਆਂ ਜਾਂ ਅਸੀਂ ਜਿਹੜਾ ਤਸ਼ੱਦਦ ਹੰਢਾਇਆ ਜਾਂ ਅਸੀਂ ਪੰਥ ਦੀ ਖਾਤਰ ਇਹ ਕੀਤਾ ਆ। ਸੋ ਆਪੋ ਆਪਣੀ ਚਲੋ ਸਭ ਦੀ ਭਾਵਨਾ ਹੁੰਦੀ ਹੈ, ਪਰ ਬਾਪੂ ਵੀਰ ਸਿੰਘ ਜੀ ਜਿਹੜੇ ਸਨ ਉਹ ਕਦੇ ਵੀ ਅੱਗੇ ਆ ਕੇ ਉਹਨਾਂ ਨੇ ਇਹ ਜਿਤਾਇਆ ਨਹੀਂ ਵੀ ਮੈਂ ਬਹੁਤ ਕੁਰਬਾਨੀ ਕੀਤੀ ਹੈ ਤੇ ਮੇਰਾ ਮਾਣ ਸਤਿਕਾਰ ਕਰਿਆ ਕਰੋ, ਪਰ ਉਹਨਾਂ ਦੀਆਂ ਪੰਥ ਵਾਸਤੇ ਸੇਵਾਵਾਂ ਜਿਹੜੀਆਂ ਉਹ ਬਹੁਤ ਰਹੀਆਂ ਹਨ। ਭਾਈ ਰਘਵੀਰ ਸਿੰਘ ਜੀ, ਹਾਂਜੀ, ਆਪਣੇ ਭਾਈ ਬਘੇਲ ਸਿੰਘ ਜੀ, ਇਹ ਤਾਂ ਜਿੱਦਾਂ ਚਲੋ ਅਸੀਂ ਵੀ 1984 ਤੋਂ ਮਤਲਬ ਇਸ ਪਾਸੇ ਜੁੜੇ ਹੋਏ ਹਾਂ, ਸੰਤਾਂ ਦੇ ਪਰਿਵਾਰ ਦੇ ਨਾਲ ਵੀ ਜੁੜੇ ਹੋਏ ਹਾਂ, ਪਰਿਵਾਰ ਦੇ ਕਿਸੇ ਵੀ ਮੈਂਬਰ ਨਾਲ ਗੱਲ ਕਰ ਲਓ ਜਾਂ ਜਿਹੜੇ ਅੱਗੇ ਮੋਹਰੀ ਹੋ ਕੇ ਵੀ ਕੰਮ ਕਰਦੇ ਆ, ਇੱਕ ਚੀਜ਼ ਮੈਂ ਬਘੇਲ ਸਿੰਘ ਜੀ ਜੋ ਉੱਥੇ ਪੰਜਾਬ ਜਾ ਕੇ ਵੀ ਦੇਖੀ ਆ, ਜਿੱਦਾਂ ਗੱਲਾਂ ਜਿੰਨੀਆਂ ਮਰਜ਼ੀ ਕਰੀ ਜਾਈਏ, ਪਰਿਵਾਰ ਦੀ ਏਕਤਾ ਬਹੁਤ ਆ ਆਪਸ ਵਿੱਚ। ਮਤਲਬ ਜਦੋਂ ਵੀ ਜਾਣਾ ਸਾਰੇ ਪਰਿਵਾਰ ਨੇ ਹਰੇਕ, ਜਿੱਦਾਂ ਸੰਗਰਾਂਦ ਤੇ ਜਿੱਦਾਂ ਇੱਕ ਦਿਨ ਪਹਿਲਾਂ ਪ੍ਰੋਗਰਾਮ ਬਣਾਇਆ, 2-3 ਵਾਰੀ ਤੇ ਮੈਨੂੰ ਆਪ ਵੀ ਮੌਕਾ ਮਿਲਿਆ ਜਦੋਂ ਮੈਂ ਉੱਥੇ ਮਤਲਬ ਪੰਜਾਬ ਗਿਆ ਹੋਇਆ ਸੀ, ਕਿ ਭਾਈ ਵੀਰ ਸਿੰਘ ਹੋਣੀ ਉਹਨਾਂ ਨੇ ਜਿੱਦਾਂ ਜਿੰਨੇ ਵੀ ਪਰਿਵਾਰ ਦੇ ਜਿੱਦਾਂ ਘਰ ਹੈਗੇ ਉਹਨਾਂ ਦੇ ਨਾਲ ਹੀ ਰੋਡੇ ਪਿੰਡ ਦੇ, ਜਿੱਦਾਂ ਉਹਨਾਂ ਦਾ ਜਿੱਦਾਂ ਵੱਖਰਾ ਕੋਠੇ, ਗੁਰੂ ਕੇ ਕੋਠੇ ਜਿੱਦਾਂ ਉਹਨੂੰ ਕਹਿ ਲੈਂਦੇ ਆ,
ਤੇ ਉੱਥੇ ਜਿੱਦਾਂ ਰਹਾਇਸ਼ਾਂ ਆ, ਤੇ ਉੱਥੇ ਗੁਰਦੁਆਰਾ ਵੀ ਹੈਗਾ ਇੱਕ ਹੋਰ ਛੋਟਾ ਜਿਹੜਾ ਉਹ ਮਤਲਬ ਪਿੰਡ ਹੀ ਜਿੱਦਾਂ ਵੱਖਰਾ ਸਮਝ ਲਓ ਹੈਗਾ ਆ। ਤੇ ਉੱਥੇ ਜਿੱਦਾਂ ਉਹ ਸੰਗਰਾਂਦ ਦਾ ਦਿਹਾੜਾ ਮਨਾਉਂਦੇ, ਤੇ ਪਰਿਵਾਰਕ ਤੌਰ ਤੇ ਜਿਹੜੀ ਮੈਂ ਗੱਲ ਕਰ ਰਿਹਾ ਵੀ ਉਹਨਾਂ ਸੰਗਰਾਂਦ ਤੋਂ ਇੱਕ ਦਿਨ ਪਹਿਲਾਂ ਜਾਂ ਸੰਗਰਾਂਦ ਵਾਲੇ ਦਿਨ ਪਰਿਵਾਰ ਦੇ ਵਿੱਚ ਬਹਿ ਕੇ ਸਾਰਿਆਂ ਨੇ ਇਕੱਠੇ ਹੋ ਕੇ ਪ੍ਰਸ਼ਾਦਾ ਵੀ ਇੱਕ ਇੱਕ ਦੇ ਜਿੱਦਾਂ ਰੱਖ ਲੈਂਦੇ ਆ, ਤੇ ਜਿਹੜੀਆਂ ਪਰਿਵਾਰਕ ਗੱਲਾਂ ਬਾਤਾਂ ਹੁੰਦੀਆਂ ਜਾਂ ਪੰਥਕ ਗੱਲਾਂ ਬਾਤਾਂ ਹੁੰਦੀਆਂ ਉੱਥੇ ਵੀ ਸਾਰੀਆਂ ਵਿਚਾਰਾਂ ਉਹ ਖੁੱਲ ਕੇ ਕਰਦੇ ਆ। ਮੈਨੂੰ ਉਹ ਬਹੁਤ ਵਧੀਆ ਲੱਗਾ ਤੇ ਜੀ ਮੈਨੂੰ ਇਹ ਬਿਲਕੁਲ ਮੌਕਾ ਦਿੱਤਾ। ਪਰਮਵੀਰ ਸਿੰਘ ਜੀ, ਗੱਲ ਤੁਹਾਡੀ ਠੀਕ ਹੈ ਜੀ, ਕਿਉਂਕਿ ਦਾਸ ਨੂੰ ਵੀ ਜਿੰਨਾ ਕੁ ਸਮਾਂ ਵਿਚਰਨ ਦਾ ਮੌਕਾ ਮਿਲਿਆ ਹੈ, ਸੋ ਮੈਂ ਜ਼ਿਕਰ ਕਰਨਾ ਚਾਹਾਂਗਾ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ, ਉਹਨਾਂ ਦੀ ਸਰਪ੍ਰਸਤੀ ਹੇਠ, ਤੇ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ, ਜਿਨ੍ਹਾਂ ਨੂੰ ਜਸਵੀਰ ਸਿੰਘ ਜੀ ਰੋਡੇ ਕਰਕੇ ਆਪਾਂ ਜਾਣਦੇ ਹਾਂ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸੋ ਹਾਂਜੀ ਜਦੋਂ ਤੋਂ ਜਥੇਬੰਦੀ ਗਰੁੱਪ ਦੇ ਵਿੱਚ ਤੇ ਧਾਰਮਿਕ ਰੂਪ ਦੇ ਵਿੱਚ ਪ੍ਰਚਾਰ ਦੇ ਤੌਰ ਦੇ ਉੱਪਰ ਵਿਚਰਨਾ ਸ਼ੁਰੂ ਕੀਤਾ, ਸੋ ਮਹਾਂਪੁਰਖਾਂ ਦੇ ਦਰਸ਼ਨ ਕਰਨੇ ਸ਼ੁਰੂ ਕੀਤੇ, ਸੋ ਦਾਸ ਨੂੰ ਵੀ ਸਮਾਂ ਮਿਲਿਆ ਹੈ ਕਿ ਜਦੋਂ ਗੁਰਦੁਆਰਾ ਸੰਤ ਖਾਲਸਾ ਦੀ ਉਸਾਰੀ ਹੋ ਰਹੀ ਸੀ ਤੇ ਉਸ ਤੋਂ ਹਾਂਜੀ ਬਾਅਦ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨੇ ਤੇ ਰੋਡੇ ਪਿੰਡ ਜਾਣ ਆਉਣ ਦਾ ਜਿਸ ਤਰ੍ਹਾਂ ਕਿ ਸੰਬੰਧ ਬਣਿਆ, ਤੇ ਉੱਥੇ ਹਾਂਜੀ ਭਾਈ ਰਵੀਰ ਸਿੰਘ ਜੀ ਮੈਂ ਖੁਦ ਇਹ ਪ੍ਰਸ਼ੰਸਾ ਵਾਸਤੇ ਨਹੀਂ ਕਹਿ ਰਿਹਾ, ਗੱਲ ਦੇਖੀ ਹੈ ਕਿ ਲੰਗਰਾਂ 'ਚ ਸੇਵਾ ਕਰਦੇ ਆ, ਪੱਪੜ ਹਾਂਜੀ ਵਿਛਾਉਂਦੇ ਆ, ਜਾਂ ਗੁਰਦੁਆਰਾ ਸਾਹਿਬ ਦੇ ਸਮਾਗਮ ਤੋਂ ਪਹਿਲਾਂ ਜਦੋਂ ਉੱਥੇ ਕਾਰਜ ਹੋ ਰਹੇ ਸੀਗੇ ਤੇ ਜਦੋਂ ਸੰਗਤਾਂ 'ਚ ਸੇਵਾਵਾਂ ਕਰਦੇ ਸੀ, ਕਿਉਂਕਿ ਦਾਸ ਵੀ 2-3 ਦਿਨ ਪਹਿਲਾਂ ਪਹੁੰਚਾ ਸੀਗਾ ਜਦੋਂ ਪਿਛਲੇ ਸਾਲ ਦਾ ਸਮਾਗਮ ਹੋ ਕੇ ਹਟਿਆ, ਤੋ ਠੀਕ ਹੈ ਉੱਥੇ ਸੇਵਾਵਾਂ ਕਰਦਿਆਂ ਪਤਾ ਲੱਗਦਾ ਜੀ ਇਹ ਵੀ ਪਰਿਵਾਰ ਦੇ ਵੱਡੇ ਮੈਂਬਰ ਨੇ, ਇਹ ਵੀ ਪਰਿਵਾਰ ਦੇ ਮੈਂਬਰ ਨੇ, ਇਹ ਭਰਾ ਲੱਗਦੇ ਨੇ, ਇਹ ਭਤੀਜੇ ਲੱਗਦੇ ਨੇ, ਭਾਵ ਕਿ ਕੋਈ ਐਸੀ ਗੱਲ ਦੇਖਣ ਨੂੰ ਨਹੀਂ ਉੱਥੇ ਮਿਲਦੀ ਕਿ ਜੀ ਆਪ ਅਸੀਂ ਇੱਕ ਸਾਈਡ ਤੇ ਖੜੇ ਹੋਈਏ ਵੀ ਅਸੀਂ ਸ਼ਹੀਦ ਪਰਿਵਾਰਾਂ ਦੇ ਮੈਂਬਰ ਆ ਤੇ ਬਾਕੀ ਸਾਰੀ ਸੰਗਤ ਸੇਵਾ ਕਰਦੀ ਹੋਵੇ, ਸੋ ਸਾਰਾ ਪਰਿਵਾਰ ਉੱਥੇ ਲੱਗ ਕੇ ਆਪ ਬਰਤਨਾਂ ਦੀ ਸੇਵਾ, ਅੰਦਰ ਤੱਪੜਾਂ ਦੀ ਸੇਵਾ, ਗੁਰਦੁਆਰਾ ਸਾਹਿਬ ਦੇ ਵਿੱਚ ਕਾਰਜਾਂ ਦੀ ਸੇਵਾ ਸਾਰੇ ਅੱਗੇ ਹੋ ਕੇ ਕਰਦੇ ਨੇ, ਤੇ ਦਾਸ ਇੱਥੇ ਜ਼ਿਕਰ ਜ਼ਰੂਰ ਕਰਨਾ ਚਾਹੇਗਾ ਕੈਪਟਨ ਹਰਚੰਦ ਸਿੰਘ ਜੀ ਰੋਡੇ ਹੁਣਾਂ ਦਾ, ਜਿਨ੍ਹਾਂ ਨੂੰ ਦਾਸ ਨੂੰ ਬੈਠਣ ਦਾ ਵੀ ਮੌਕਾ ਮਿਲਿਆ, ਗੱਲਬਾਤ ਕਰਨ ਦਾ ਵੀ ਮੌਕਾ ਮਿਲਿਆ, ਜਿਹੜੇ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਉਹ ਵੀ ਵੱਡੇ ਭਰਾਤਾ ਲੱਗਦੇ ਨੇ, ਸੋ ਹਾਂਜੀ ਇੰਨੀ ਅੱਤ ਦਰਦੇ ਦੀ ਨਿਮਰਤਾ ਤੇ ਪੰਥਕ ਜਜ਼ਬਾ ਹਜੇ ਵੀ, ਭਾਵੇਂ ਉਮਰ ਉਹਨਾਂ ਦੀ ਵੀ ਕਾਫੀ ਹੋ ਗਈ ਹੈ ਹੁਣ ਸਰੀਰ ਬਿਰਧ ਹੋ ਚੱਲਿਆ, ਹਾਂਜੀ ਸੋ ਜਿਸ ਹਾਂਜੀ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਜਦੋਂ ਵੀ ਜਾ ਕੇ ਮਿਲੋ ਬੜਾ ਖਿੜੇ ਮੱਥੇ ਮਿਲਦਾ ਹੈ ਸਾਰਾ ਪਰਿਵਾਰ, ਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਇੰਨੀਆਂ ਕੁਰਬਾਨੀਆਂ, ਇੰਨੀਆਂ ਸ਼ਹਾਦਤਾਂ, ਤਕਰੀਬਨ ਮੈਂ ਗਿਣਤੀ ਕਰ ਰਿਹਾ ਸੀ ਵੀ 18 ਦੇ ਕਰੀਬ ਜੀ ਬਣ ਜਾਂਦੇ ਨੇ ਭਰਾ ਭਤੀਜੇ ਮਾਮੇ ਭੂਆ ਦੇ ਪੁੱਤ ਪਾ ਕਰਕੇ, ਸੋ ਇੰਨੀਆਂ ਕੁਰਬਾਨੀਆਂ ਦੇ ਬਾਵਜੂਦ ਅੱਜ ਵੀ ਪੰਥ ਦੇ ਵਾਸਤੇ ਉਹੀ ਸੋਚ ਰੱਖਦੇ ਨੇ ਤੇ ਪੰਥ ਦੇ ਵਾਸਤੇ ਸੇਵਾਵਾਂ ਕਰਨ ਵਾਲਿਆਂ ਨੂੰ ਹੱਲਾਸ਼ੇਰੀ ਵੀ ਦਿੰਦੇ ਨੇ ਤੇ ਆਪ ਵੀ ਜਜ਼ਬਾ ਉਹ ਪੂਰਾ ਰੱਖਦੇ ਭਾਈ ਰਵੀ ਸਿੰਘ ਜੀ। ਹਜੇ ਦੋ ਆਪਾਂ ਗੱਲ ਕਰਦੇ ਭਾਈ ਵੀਰ ਸਿੰਘ ਦੀ, ਉਹਨਾਂ ਦੇ ਨਾਲ ਵੀ ਜਿੱਦਾਂ ਬਹਿ ਕੇ ਗੱਲਬਾਤ ਕਰਨ ਦਾ ਵੀ ਜਿੱਦਾਂ ਸੁਭਾਗ ਪ੍ਰਾਪਤ ਹੋਇਆ ਦਾਸ ਨੂੰ ਵੀ, ਤੇ 2 ਸਾਲ ਪਹਿਲਾਂ ਅਸੀਂ ਪਟਨਾ ਸਾਹਿਬ ਤੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ 350 ਸਾਲਾ ਅਵਤਾਰ ਦਿਵਸ ਮਨਾ ਕੇ ਆਏ ਸੀ, ਸਾਡੇ ਨਾਲ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਵੀ ਤੇ ਆਪਣੇ ਕੈਪਟਨ ਹਰਚੰਦ ਸਿੰਘ ਰੋਡੇ, ਭਾਈ ਜੀ ਧੰਨਾ ਸਿੰਘ ਜੀ ਇੰਗਲੈਂਡ ਤੋਂ, ਦਾਸ ਤੇ ਹੋਰ ਵੀ ਕਾਫੀ ਜਿੱਦਾਂ ਸੰਗਤਾਂ ਆਈਆਂ, ਤੇ ਮੁੜ ਕੇ ਜਦੋਂ ਅਸੀਂ ਆਏ ਹਾਂ ਤੇ ਇਹ ਵੀ ਨਾਲ ਸਾਨੂੰ ਸੁਭਾਗ ਪ੍ਰਾਪਤ ਹੋਇਆ ਕਿ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਵੀ ਉੱਥੇ ਉਹਨਾਂ ਦੇ ਘਰ ਬਹਿ ਕੇ ਕਾਫੀ ਦੁਪਹਿਰ ਨੂੰ ਜਿੱਦਾਂ ਗੱਲਾਂ ਬਾਤਾਂ ਕੀਤੀਆਂ, ਬਾਬਾ ਜੀ ਨੇ ਬਹੁਤ ਖੁੱਲ ਕੇ ਜਿੱਦਾਂ ਭਾਈ ਵੀਰ ਸਿੰਘ ਹੋਣਾ ਨੇ ਜਿੱਦਾਂ ਇਹਨਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ, ਹਾਲਾਂਕਿ ਉਹ ਜਿਹੜੀ ਮਤਲਬ ਜਿੱਦਾਂ ਦੱਸਦੇ ਆ ਕਿਉਂਕਿ ਬਹੁਤ ਪਹਿਲੀਆਂ ਦੇ ਵਿੱਚ ਤਕਰੀਬਨ ਜੇ ਮੈਂ ਗੱਲ ਕਰਾਂ 1991-92 ਦੀ ਜਾਂ ਉਸ ਤੋਂ ਬਾਅਦ ਦੀ, ਉਦੋਂ ਇੱਕ ਵਾਰੀ ਇੰਗਲੈਂਡ ਵੀ ਜਿੱਦਾਂ ਮਤਲਬ ਜਿਹੜੀ ਫੇਰੀ ਮਾਰ ਗਿਆ, ਕੈਨੇਡਾ ਵੀ ਜਿੱਦਾਂ ਉਹ ਫਿਰ ਕੇ ਗਏ ਆ, ਤੇ ਜੀ ਇੱਥੇ ਜਿਹੜੀਆਂ ਪੰਥਕ ਉਸ ਵੇਲੇ ਆਗੂ ਅੱਗੇ ਸੀ ਭਾਈ ਬਲਵਿੰਦਰ ਸਿੰਘ ਜੀ ਝੇੜੂ, ਤੇ ਸਾਡੀ ਮੀਟਿੰਗ ਗੁਰਦੁਆਰਾ ਨਾਨਕ ਸਾਹਿਬ ਪਲੈਕ ਵਾਲਸਲ ਵਿਖੇ ਉਹਨਾਂ ਦੇ ਨਾਲ ਹੋਈ, ਜਿਹੜੀਆਂ ਲੋਕਾਂ ਦੇ ਜਿੱਦਾਂ ਅੱਜ ਮਤਲਬ ਅੱਜ ਮੀਡੀਆ ਹੈਗਾ ਜਿੱਦਾਂ ਸੋਸ਼ਲ ਮੀਡੀਆ ਹੈਗਾ, ਉਦੋਂ ਤਾਂ ਗੱਲਾਂ ਬਾਤਾਂ ਚਿੱਠੀਆਂ ਪੱਤਰ ਜਾਂ ਟੈਲੀਫੋਨਾਂ ਹੁੰਦੀਆਂ ਸੀ,
ਤੇ ਬਹੁਤ ਗੱਲਾਂ ਪਰਿਵਾਰ ਦੇ ਬਾਰੇ ਵੀ ਤੇ ਜਿੱਦਾਂ ਉਦਾਂ ਸਿੱਖ ਸੰਘਰਸ਼ ਦੇ ਬਾਰੇ ਵੀ ਉਹਨਾਂ ਨੇ ਗੱਲਾਂ ਕੀਤੀਆਂ ਜਿਹੜੀਆਂ ਸਾਨੂੰ ਇੱਥੇ ਪਤਾ ਹੀ ਨਹੀਂ ਸੀ। ਤੇ ਉਹਨਾਂ ਨੇ ਮਤਲਬ ਇੱਕ ਵਾਰੀ ਵੀ ਜ਼ਿਕਰ ਨਹੀਂ ਕੀਤਾ ਕਿ ਮੇਰੇ ਤੇ ਇੰਨਾ ਤਸ਼ੱਦਦ ਹੋਇਆ ਕਿ ਜਦੋਂ ਪਰਿਵਾਰ ਦੇ ਮੈਂਬਰਾਂ ਨੂੰ ਜਾਂ ਹੋਰਾਂ ਨੇ ਜਿਨ੍ਹਾਂ ਨੂੰ ਪਤਾ ਸੀ ਉਹਨਾਂ ਨੇ ਸਾਨੂੰ ਦੱਸਿਆ, ਮਤਲਬ ਪੁੱਠੇ ਵੀ ਜੇਲ੍ਹਾਂ ਦੇ ਵਿੱਚ ਟੰਗੇ ਗਏ, ਜੇਲ੍ਹਾਂ ਵੀ ਕੱਟੀਆਂ, ਤੇ ਜਦੋਂ ਵੀ ਜੀ ਕਰਨਾ ਮਤਲਬ ਪੁਲਿਸ ਨੇ ਉਹਨਾਂ ਨੂੰ ਚੱਕ ਕੇ ਲੈ ਜਾਣਾ। ਤੇ ਮੈਂ ਜਦੋਂ 2 ਸਾਲ ਪਹਿਲਾਂ ਦੀ ਗੱਲ ਕਰਦਾ ਤੇ ਉਦੋਂ ਵੀ ਉਹਨਾਂ ਨਾਲ ਜਦੋਂ ਗੱਲ ਕਰਦੇ ਉਹ ਕਹਿੰਦੇ ਵੀ ਮੈਂ ਇਕੱਲੇ ਨੇ ਤਸ਼ੱਦਦ ਝੱਲਿਆ, ਸਾਰੀ ਕੌਮ ਨੇ ਝੱਲਿਆ। ਮਤਲਬ ਨਿਮਰਤਾ ਦੀ ਬਿਲਕੁਲ ਜਿੱਥੇ ਗੱਲ ਕਰਦੇ ਵੀ ਇਦਾਂ ਨਹੀਂ ਕਹੀਦਾ, ਅੱਜ ਕੱਲ੍ਹ ਆਪਾਂ ਚੀਚੀ ਤੇ ਚੀਰ ਨਹੀਂ ਆਉਂਦਾ ਤਾਂ ਅਸੀਂ ਲੋਕਾਂ ਦੇ ਵਿੱਚ ਅੱਜ ਸੋਸ਼ਲ ਮੀਡੀਆ ਦੇ ਵਿੱਚ ਇੰਨਾ ਜ਼ਿਆਦਾ ਰੌਲਾ ਪਾਉਂਦੇ ਹਾਂ ਕਿ ਮੇਰੇ ਜਿੰਨੀ ਕੋਈ ਕੁਰਬਾਨੀ ਨਹੀਂ ਕਰ ਸਕਦਾ। ਮੈਂ ਪਰਿਵਾਰ ਦੀ ਜਿੱਦਾਂ ਮਤਲਬ ਜਿਹਨੂੰ ਆਪਾਂ ਅਰਦਾਸ ਦੇ ਵਿੱਚ ਕਹਿੰਦੇ ਹਾਂ ਨਾ ਵੀ ਸਹਿਣ ਸ਼ਕਤੀ, ਜਿੱਦਾਂ ਅੰਗਰੇਜ਼ੀ 'ਚ ਸੈਕਰੀਫਾਈਸ ਵੀ ਆਪਾਂ ਕਹਿ ਸਕਦੇ ਹਾਂ, ਇੰਨਾ ਜ਼ਿਆਦਾ ਆ ਕਿ ਇਹ ਤਾਂਹੀਓ ਹੀ ਆ ਕਿ ਉਹ ਗੁਰਮਤ ਦੇ ਨਾਲ ਜੁੜੇ ਹੋਏ। ਬਿਲਕੁਲ ਜੀ, ਤੇ ਆਪਾਂ ਸੰਤਾਂ ਦੀਆਂ ਵੀ ਭਾਈ ਰਵੀਰ ਸਿੰਘ ਜੀ ਸੁਣਦੇ ਹਾਂ ਸਪੀਚਾਂ, ਉਹਨਾਂ ਨੇ ਹਰ ਗੱਲ ਤੇ ਕਹਿਣ ਤੇ ਨਾਲ ਨਾਲ ਉਹ ਜ਼ੋਰ ਦਿੰਦੇ ਰਹੇ ਕਿ ਭਾਈ ਬਾਣੀ ਦੇ ਨਾਲ ਜਿੰਨਾ ਚਿਰ ਨਹੀਂ ਜੁੜਾਂਗੇ ਉਨੀ ਦੇਰ ਤੱਕ ਹਾਂਜੀ ਸਹਿਜ ਵੀ ਨਹੀਂ ਆਉਣਾ ਤੇ ਸੂਰਮਤਾਈ ਵੀ ਨਹੀਂ ਆਉਣੀ। ਇਕੱਲੀ ਸੂਰਮਤਾਈ ਜਿਹੜੀ ਹੈ ਉਹ ਕਈ ਵਾਰ ਜਿਹੜੀ ਹੈ ਜੋਸ਼ ਜਿਹੜਾ ਆ ਹੋਸ਼ ਨੂੰ ਗਵਾ ਬਹਿੰਦਾ, ਪਰ ਹੋਸ਼ ਦੇ ਨਾਲ ਕੰਮ ਕਰਨਾ ਜਿਹੜਾ ਉਹ ਜੋਸ਼ ਵੀ ਤੁਹਾਡਾ ਜਿਹੜਾ ਫਿਰ ਉਹ ਵੀਰਤਾ ਦਾ ਰੂਪ ਧਾਰਨ ਕਰ ਲੈਂਦਾ ਤੇ ਬਾਣੀ ਦੇ ਨਾਲ ਹੀ ਆ, ਤੇ ਸਾਰਾ ਪਰਿਵਾਰ ਮਹਾਰਾਜ ਕਿਰਪਾ ਕਰੇ ਬਾਣੀ ਦੇ ਨਾਲ ਜੁੜਿਆ ਹੋਇਆ। ਤੇ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਦਿੱਤਾ ਕਈ ਵਾਰ ਇੱਥੇ ਵਿਚਰਦੇ ਆ ਨੌਜਵਾਨ ਵੀ ਬਹੁਤ ਸਾਰੀਆਂ ਗੱਲਾਂ ਪੁੱਛ ਲੈਂਦੇ ਨੇ, ਜਾਂ ਹਾਂਜੀ ਜਿਸ ਤਰ੍ਹਾਂ ਤੁਸੀਂ ਪਰਿਵਾਰ ਬਾਰੇ ਵੀ ਗੱਲਬਾਤ ਕੀਤੀ ਆ, ਸੋ ਮੈਂ ਕੋਈ ਬਹੁਤਾ ਵਿਸਥਾਰ ਨਾਲ ਉਸ ਪਾਸੇ ਨਹੀਂ ਜਾਣਾ ਚਾਹੁੰਦਾ ਕਿਉਂਕਿ ਆਪਣਾ ਅੱਜ ਦਾ ਵਿਸ਼ਾ ਨਹੀਂ, ਹਾਂ ਪਰ ਕੈਪਟਨ ਸਾਹਿਬ ਹੁਣਾਂ ਦੇ ਨਾਲ ਬਹਿ ਕਰਕੇ ਬਹੁਤ ਸਾਰੀਆਂ ਵਿਚਾਰਾਂ ਸਾਡੀਆਂ ਵੀ ਭਾਈ ਕਪਤਾਨ ਸਿੰਘ ਜੀ ਵੁਲਵਰਹੈਂਪਟਨ ਤੋਂ ਨੇ ਦਾਸ ਦੇ ਨਾਲ ਸੀਗੇ, ਹਾਂਜੀ ਸੋ ਹਾਂਜੀ ਆਫ ਦਾ ਕੈਮਰਾ ਜਦੋਂ ਆਪਾਂ ਬਹਿ ਕੇ ਕਈ ਵਾਰ ਗੱਲਾਂ ਬਾਤਾਂ ਕਰਦੇ ਆ ਜਾਂ ਸੰਘਰਸ਼ ਬਾਰੇ ਉਹ ਗੱਲਾਂ ਪੁੱਛਦੇ ਆ ਜਾਂ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਜੀਵਨ ਬਾਰੇ ਉਹ ਗੱਲਾਂ ਪੁੱਛਦੇ ਨੇ ਜਿਹੜੀਆਂ ਆਮ ਸੰਗਤਾਂ 'ਚ ਪ੍ਰਚਾਰੀਆਂ ਜਾਂਦੀਆਂ ਜਾਂ ਕਈ ਵਾਰ ਗੱਲਾਂ ਕਹਿ ਦਿੱਤੀਆਂ ਜਾਂਦੀਆਂ, ਤਾਂ ਜਦੋਂ ਬਹਿ ਕੇ ਸਰਵਣ ਕਰਦੇ ਆ ਤਾਂ ਫਿਰ ਪਤਾ ਲੱਗਦਾ। ਸੋ ਮੈਂ ਕੋਈ ਬਹੁਤਾ ਜ਼ਿਆਦਾ ਉਹਦਾ ਜ਼ਿਕਰ ਨਹੀਂ ਕਰਨਾ ਚਾਹੁੰਦਾ, ਪਰ ਠੀਕ ਅਸਲ ਗੱਲ ਫਿਰ ਉਦੋਂ ਪਤਾ ਲੱਗਦੀ ਹੈ ਜਦੋਂ ਆਮ ਨੇ ਸਾਹਮਣੇ ਬਹਿ ਕਰਕੇ ਖੁੱਲੇ ਰੂਪ 'ਚ ਵਿਚਾਰ ਹੁੰਦੀ ਹੈ, ਤੇ ਪਰਿਵਾਰ ਵੱਲੋਂ ਹਮੇਸ਼ਾ ਹੀ ਵੈਲਕਮ ਕੀਤਾ ਗਿਆ। ਸੋ ਦਾਸ ਨੂੰ ਇੱਥੇ ਇਸ ਗੱਲ ਦਾ ਮਾਣ ਵੀ ਮਹਿਸੂਸ ਹੁੰਦਾ ਕਿ ਜਦੋਂ ਵੀ ਜਾਈਦਾ ਹੈ ਸੋ ਦੋਵੇਂ ਹੱਥਾਂ ਦੇ ਨਾਲ ਖੁੱਲੀ ਗੜਬੱਕੜੀ ਦੇ ਵਿੱਚ ਜਿਹੜਾ ਲੈ ਕੇ ਕਹਿੰਦੇ ਭਾਈ ਦਿਨੇ ਰਾਤ ਜਦੋਂ ਮਰਜ਼ੀ ਆਓ, ਜਿਹੜੀ ਵੀ ਗੱਲ ਪੁੱਛਣੀ ਚਾਹੁੰਦੇ ਹੋ, ਕਿਸੇ ਵੀ ਪੱਖ ਤੋਂ ਜਾਣਨਾ ਚਾਹੁੰਦੇ ਹੋ ਸੰਤਾਂ ਦੇ ਜੀਵਨ ਬਾਰੇ, ਪਰਿਵਾਰ ਦੇ ਬਾਰੇ, ਜਾਂ ਕਿਸੇ ਵੀ ਪੱਖ ਤੋਂ ਕਦੇ ਵੀ ਇਦਾਂ ਮੱਥੇ ਵੱਟ ਨਹੀਂ ਪਾਇਆ ਵੀ ਤੁਸੀਂ ਕੌਣ ਆ ਤੇ ਕਿਉਂ ਪੁੱਛਣਾ ਚਾਹੁੰਦੇ ਹੋ, ਜਦੋਂ ਵੀ ਜਾਈਦਾ ਬੜੇ ਪਿਆਰ ਸਤਿਕਾਰ ਨਾਲ ਮਿਲਦੇ ਨੇ। ਸੋ ਜਿੰਨਾ ਬਾਪੂ ਵੀਰ ਸਿੰਘ ਜੀ ਦੀ ਆਪਾਂ ਗੱਲ ਕਰ ਰਹੇ ਹਾਂ ਅੱਜ, ਉਹਨਾਂ ਨੇ ਵੀ ਪੰਥ ਦੇ ਵਾਸਤੇ ਬਹੁਤ ਸੰਘਰਸ਼ ਹੰਡਾਇਆ। ਸੋ ਦਾਸ ਨੂੰ ਪਤਾ ਲੱਗਾ ਸੀ ਕਿ ਉਹਨਾਂ ਦੀ ਜਿਹੜੀ ਬੇਟੀ ਹੈ, ਉਹਨਾਂ ਦੇ ਜਿਹੜੇ ਜਵਾਈ ਸਨ ਜਿਹੜੇ, ਉਹ ਵੀ ਕੌਮ ਦੇ ਵਾਸਤੇ ਸ਼ਹੀਦ ਹੋਏ ਨੇ, ਬੜੀ ਤਕੜੀ ਕੁਰਬਾਨੀ ਕੀਤੀ ਹੈ। ਸੋ ਪਰਿਵਾਰ ਭਾਵੇਂ ਕਿਸੇ ਪੱਖ ਤੋਂ ਆਪਾਂ ਲੈ ਲਈਏ ਵੀ ਹਰ ਪੱਖ ਤੋਂ ਹੀ ਜਿਹੜਾ ਉਹ ਮਹਾਰਾਜ ਜੀ ਦੀ ਬਾਣੀ ਦੇ ਸਤਿਕਾਰ ਵਜੋਂ ਜਿਹੜਾ ਤਤਪਰ ਰਿਹਾ ਜੀ ਪਹਿਲੇ ਦਿਨ ਤੋਂ। ਹਾਂਜੀ, ਜਿੱਦਾਂ ਤੁਸੀਂ ਗੱਲ ਕੀਤੀ ਹੈ ਭਾਈ ਸ਼ਹੀਦ ਭਾਈ ਗੁਰਜੀਤ ਸਿੰਘ ਜੀ ਹਰੀਹਰ ਚੌਕ, ਉਹਨਾਂ ਦੇ ਮਤਲਬ ਸੰਤਾਂ ਦੇ ਮਤਲਬ ਭਤੀਜ ਜਵਾਈ ਦਮਾਦ ਜਿੱਦਾਂ ਲੱਗਦੇ ਸੀ, ਇਸੇ ਤਰ੍ਹਾਂ ਭਾਈ ਵੀਰ ਸਿੰਘ ਜੀ ਦੇ ਦਮਾਦ ਸਨ, ਤੇ ਉਹਨਾਂ ਜੀ ਨੇ ਵੀ ਪੰਥ ਲਈ ਬਹੁਤ ਵੱਡੀ ਕੁਰਬਾਨੀ ਕੀਤੀ ਆ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮਤਲਬ ਇਹ ਕਹੀਏ ਕਿ ਆਪਾਂ ਖਾੜਕੂ ਜਰਨੈਲ ਵੀ ਸੀਗੇ ਤੇ ਖਾੜਕੂ ਪ੍ਰਧਾਨ ਵੀ ਸੀ, ਤੇ ਪੂਰਾ ਉਸ ਵੇਲੇ ਦਾ ਜਿਹੜਾ ਮਤਲਬ ਆਪਾਂ ਇਹ ਕਹਿ ਲਈਏ ਸੁਮੇਧ ਸੈਣੀ ਜਾਂ KPS ਗਿੱਲ ਜਾਂ ਪੂਰੇ ਥਰ ਥਰ ਕੰਬਦੇ ਸੀ ਵੀ ਇੱਕ ਗੁਰਜੀਤ ਸਿੰਘ ਸਾਡੇ ਹੱਥ ਆ ਜਾ ਤਾਂ ਅਸੀਂ ਪੰਜਾਬ ਦਾ ਸੰਘਰਸ਼ ਖਤਮ ਕਰ ਸਕਦੇ ਹਾਂ, ਤੇ ਕਈ ਚੀਜ਼ਾਂ ਉਸ ਵੇਲੇ ਹੋਈਆਂ। ਚਲੋ ਆਪਾਂ ਉਹ ਵਿਸ਼ਾ ਜਿਹੜਾ ਵੱਖਰਾ ਹੈ ਉੱਤੇ ਕਿਤੇ ਫੇਰ ਆਪਾਂ ਉਹਨਾਂ ਦੇ ਜੀਵਨ ਤੇ ਜਦੋਂ ਗੱਲ ਕੀਤੀ ਕਰਾਂਗੇ। ਇੱਕ ਗੱਲ ਬਘੇਲ ਸਿੰਘ ਜੀ, ਜਿੱਦਾਂ ਆਪਾਂ ਗੱਲ ਕਰਦੇ ਵੀ ਪਰਿਵਾਰ ਦੇ ਵਿੱਚ ਵੱਡੇ ਛੋਟੇ ਦਾ, ਜਿੱਦਾਂ ਹੁਣ ਸਿੰਘ ਸਾਹਿਬ ਜੀ ਮਤਲਬ ਭਾਈ ਵੀਰ ਸਿੰਘ ਦੇ ਵੀ ਭਤੀਜਾ ਜੀ ਲੱਗਦੇ ਆ, ਤੇ ਕੈਪਟਨ ਸਾਹਿਬ ਦੇ ਵੀ ਭਤੀਜਾ ਜੀ ਲੱਗਦੇ ਆ, ਤੇ ਹਰਜੀਤ ਸਿੰਘ ਜੀ ਸਰਪੰਚ ਉਹਨਾਂ ਦੇ ਵੀ ਭਤੀਜਾ ਜੀ ਲੱਗਦੇ ਆ, ਲੇਕਿਨ
ਉਹ ਮਾਣ ਇੱਦਾਂ ਦਿੰਦੇ ਬਈ ਜਿੱਦਾਂ ਸਿੰਘ ਸਾਹਿਬ ਮਤਲਬ ਸਾਬਕਾ ਜਥੇਦਾਰ ਅਕਾਲ ਤਖਤ ਆ, ਤੇ ਉਹਨਾਂ ਨੂੰ ਜਿੱਦਾਂ ਜਦੋਂ ਮੈਂ ਗੱਲ ਕਰਦਾ 2 ਸਾਲ ਪਹਿਲਾਂ ਦੀ ਤੇ ਬਾਬਾ ਜੀ ਨਾਲ ਦੀ, ਉਦੋਂ ਉਹਨਾਂ ਨੂੰ ਮਤਲਬ ਉਹਨਾਂ ਨੇ ਪਹਿਲਾਂ ਭਾਈ ਵੀਰ ਸਿੰਘ ਨਾਲੇ ਸਿਹਤ ਮਤਲਬ ਉਹਨਾਂ ਦੀ ਕਾਫੀ ਚਿਰਾਂ ਤੋਂ ਢਿੱਲੇ ਰਹਿੰਦੇ ਸੀ, ਫੇਰ ਵੀ ਉਹ ਜਿੱਦਾਂ ਉੱਠ ਕੇ ਮਤਲਬ ਜਿੱਦਾਂ ਖੜ ਗਏ ਸਾਈਡ ਨੂੰ ਜਿੱਦਾਂ ਉਹਨਾਂ ਨੇ, ਤੇ ਮਤਲਬ ਉਹਨਾਂ ਲਈ ਜਗ੍ਹਾ ਦਿੱਤੀ ਵੀ ਤੁਸੀਂ ਇੱਥੇ ਬੈਠੋ ਮੰਜੇ ਤੇ ਆ ਕੇ, ਹੈ ਨਾ। ਤੇ ਇਹ ਜਿਹੜਾ ਜਿੱਦਾਂ ਸਤਿਕਾਰ ਹੁੰਦਾ ਕਿ ਆਪਾਂ ਦੇਖੀਦਾ ਜਦੋਂ ਅੱਜ ਕੱਲ੍ਹ ਜਿੱਦਾਂ ਗੱਲ ਵਿੱਚ ਤਾਂ ਕਰਨੀ ਪੈਂਦੀ ਹੈ ਵੀ ਅਸੀਂ ਫਤਿਹ ਬੁਲਾਉਣ ਤੋਂ ਵੀ ਕਈ ਵਾਰੀ ਝਿਜਕਦੇ ਹਾਂ ਵੀ ਬੰਦੇ ਨੂੰ ਜਿੱਦਾਂ ਮਤਲਬ ਗੁਰੂ ਦੀ ਫਤਿਹ ਆ ਉਹ ਵੀ ਬੁਲਾਉਣ ਤੋਂ ਕਹਿ ਰਹੇ, ਅਸੀਂ ਸੰਕੋਚ ਕਰਦੇ ਹਾਂ ਜਾਂ ਅਸੀਂ ਪਾਸਾ ਵਰਤ ਲੈਂਦੇ ਹਾਂ, ਇਦਾਂ ਦੀਆਂ ਚੀਜ਼ਾਂ ਮਤਲਬ ਇਹ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਵੀ ਹਾਂ ਵੀ ਅਸੀਂ ਅਹੁਦੇ ਦਾ ਕਿਸੇ ਦੀ ਜਿਹੜੀ ਸ਼ਖਸੀਅਤ ਆ ਉਹਦਾ ਸਤਿਕਾਰ ਕਿੱਦਾਂ ਕਰਨਾ ਹੈ। ਬਿਲਕੁਲ ਭਾਈ ਰਘਵੀਰ ਸਿੰਘ ਜੀ, ਤੁਸੀਂ ਬੜੀ ਵਧੀਆ ਗੱਲ ਇਹ ਸਾਂਝੀ ਕੀਤੀ ਆ। ਸੋ ਮੈਂ ਕਿਸੇ ਦਾ ਇਹਦੇ ਵਿੱਚ ਕੋਈ ਦੋਸ਼ ਨਹੀਂ ਕਵਾਂਗਾ। ਦੇਖੋ ਕਿਉਂਕਿ ਤੁਹਾਡੇ ਪਰਿਵਾਰ ਚੋਂ ਤੁਹਾਨੂੰ ਜਿਹੜੀ ਸਿੱਖਿਆ ਮਿਲੀ ਆ, ਹਾਂ ਉਹ ਸਿੱਖਿਆ ਤੇ ਖਾਸ ਤੌਰ ਦੇ ਉੱਪਰ ਨਿੱਜੀ ਰੂਪ ਦੇ ਵਿੱਚ ਤੁਹਾਡੇ ਜੀਵਨ ਦੇ ਵਿੱਚ ਗੁਰੂ ਕੀ ਗੁਰਬਾਣੀ ਦਾ ਕਿੰਨਾ ਕੁ ਅਸਰ ਆ, ਉਹ ਹਾਂਜੀ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਕਿਸੇ ਨੂੰ ਫਤਿਹ ਬੁਲਾਉਣ ਵੇਲੇ ਫਤਿਹ ਪੂਰੀ ਪੂਰੀ ਬੁਲਾ ਰਹੇ ਹੋ ਜਾਂ ਅੱਧੀ ਬੁਲਾ ਰਹੇ ਹੋ, ਜਾਂ ਅਗਰ ਤੁਹਾਨੂੰ ਕੋਈ ਫਤਿਹ ਬੁਲਾਉਂਦਾ ਤੇ ਤੁਸੀਂ ਉਹਦਾ ਜਵਾਬ ਫਤਿਹ ਰਾਹੀਂ ਦੇ ਰਹੇ ਹੋ ਜਾਂ ਨਹੀਂ ਦੇ ਰਹੇ। ਨਹੀਂ ਠੀਕ ਤੇ ਅੱਜ ਕੱਲ੍ਹ ਤੁਸੀਂ ਦੇਖੋ ਕਿ ਸਾਡਾ ਸੁਭਾਅ ਇਸ ਤਰ੍ਹਾਂ ਬਣ ਗਿਆ ਵੀ ਜੇ ਤੇ ਕੋਈ ਮੇਰੇ ਤੋਂ ਵੱਡਾ ਹੈ ਹਾਂਜੀ ਭਾਵੇਂ ਅਹੁਦੇ ਕਰਕੇ ਹੋਵੇ ਤੇ ਅਸੀਂ ਉਹਨੂੰ ਫਤਿਹ ਵੀ ਪੂਰੀ ਬੁਲਾਵਾਂਗੇ ਤੇ ਦੋਵੇਂ ਹੱਥ ਵੀ ਜੋੜਾਂਗੇ, ਤੇ ਜੇ ਕੋਈ ਸਾਡੇ ਤੋਂ ਲੱਗਦਾ ਹੈ ਕਿ ਉਮਰ 'ਚ ਛੋਟਾ ਹੈ ਜਾਂ ਮੈਨੂੰ ਲੱਗਦਾ ਵੀ ਅਹੁਦੇ 'ਚ ਛੋਟਾ, ਤੇ ਜੇ ਉਹ ਫਤਿਹ ਬੁਲਾਵੇ ਤੇ ਅਸੀਂ ਫਤਿਹ ਵੀ ਨਹੀਂ ਬੁਲਾਉਂਦੇ, ਇਕੱਲੀ ਫਤਿਹ ਫਤਿਹ ਕਹਿ ਕੇ ਸਾਰ ਦਿੰਦੇ ਹਾਂ ਜੀ, ਫਤਿਹ ਜੀ ਫਤਿਹ, ਮਤਲਬ ਅਸੀਂ ਇੰਨਾ ਕੁ ਫਰਕ ਆਪ ਪਾ ਲੈਂਦੇ ਹਾਂ। ਪਰ ਇਹ ਜਿਹੜੀ ਗੁਰਮਤਿ ਦੀ ਗੁੜਤੀ ਹੈ, ਮਹਾਰਾਜ ਜੀ ਕਿਰਪਾ ਕਰਕੇ ਬਖਸ਼ਿਸ਼ ਕਰਨ ਤੇ ਸਾਰਿਆਂ ਦੇ ਜੀਵਨ ਦੇ ਵਿੱਚ ਆਵੇ, ਤੇ ਇਸ ਪਰਿਵਾਰ ਵੱਲੋਂ ਵਾਕਈ ਤੁਹਾਡੀ ਇਹ ਗੱਲ ਸਹੀ ਹੈ ਕਿ ਬਹੁਤ ਮਾਣ ਸਤਿਕਾਰ ਦਿੱਤਾ ਜਾਂਦਾ ਜਿੱਥੇ ਸਿੰਘ ਸਾਹਿਬ ਨੂੰ ਵੀ। ਮੈਂ ਵੇਖਿਆ ਕਿ ਨਹੀਂ ਤੇ ਪਰਿਵਾਰ ਦੇ ਵਿੱਚ ਭਾਈ ਰਘਵੀਰ ਸਿੰਘ ਜੀ ਕਈ ਵਾਰ ਇਸ ਤਰ੍ਹਾਂ ਹੋ ਜਾਂਦੀ ਆ ਵੀ ਸਾਡੀ ਕੁਰਬਾਨੀ ਕਿਹੜੀ ਘੱਟ ਆ, ਹਾਂ ਵੀ ਤੁਸੀਂ ਭਤੀਜੇ ਲੱਗਦੇ ਆ ਤੇ ਮੈਂ ਵੀ ਭਤੀਜਾ ਲੱਗਦਾ ਜਾਂ ਮੈਂ ਵੀ ਭਾਣਜਾ ਲੱਗਦਾ ਜਾਂ ਮੈਂ ਵੀ ਚਾਚੇ ਤਾਏ ਦਾ ਮੁੰਡਾ ਲੱਗਦਾ, ਕਿਉਂਕਿ ਜਿਸ ਤਰ੍ਹਾਂ ਦਾ ਅੱਜ ਮਾਹੌਲ ਬਣਿਆ ਹੋਇਆ ਵੀ ਸਾਡਾ ਕੋਈ ਵੱਡਾ ਵਡੇਰਾ ਸ਼ਹੀਦ ਹੋਇਆ ਤੇ ਅਸੀਂ ਆਪਣੇ ਆਪ ਨੂੰ ਉਸ ਕੈਟਾਗਰੀ 'ਚ ਰੱਖਦੇ ਆ ਵੀ ਮੇਰਾ ਆਦਰ ਮਾਣ ਪਹਿਲਾਂ ਹੋਣਾ ਚਾਹੀਦਾ ਵੀ ਕਿਉਂਕਿ ਮੈਂ ਸ਼ਹੀਦ ਪਰਿਵਾਰ 'ਚੋਂ ਹਾਂ। ਪਰ ਉਸ ਪਰਿਵਾਰ ਵੱਲੋਂ ਮੈਂ ਦੇਖਿਆ ਕਦੇ ਵੀ ਆਪੋ ਧਾਪੀ ਨਹੀਂ ਪਾਈ ਗਈ, ਜੋ ਹਮੇਸ਼ਾ ਸਿੰਘ ਸਾਹਿਬ ਚਲੋ ਪਹਿਲਾਂ ਤੋਂ ਜਥੇਦਾਰ ਸਾਹਿਬ ਹੋਣ ਦੇ ਰੂਪ ਦੇ ਵਿੱਚ ਵੀ ਵਿਚਰੇ ਕਰਕੇ ਸਟੇਜਾਂ ਦੇ ਉੱਪਰ ਵੀ ਬੋਲਣਾ ਜਾਂ ਪਰਿਵਾਰ ਵੱਲੋਂ ਵੀ ਕੋਈ ਆਪਾਂ ਸਟੇਟਮੈਂਟ ਦੇਣੀ ਆ, ਸੋ ਕਦੇ ਵੀ ਕਿਸੇ ਜੀ ਦੇ ਵਿੱਚ ਇਹ ਨਹੀਂ ਆਈ ਗੱਲ ਕਿ ਮੈਂ ਮੋਹਰੇ ਹੋ ਕੇ ਆਪਣੀ ਟੌਹਰ ਬਣਾਵਾਂ। ਸੋ ਬੜੇ ਸੰਜਮ ਦੇ ਨਾਲ, ਬੜੇ ਪਿਆਰ ਤੇ ਬੜੇ ਏਕੇ ਦੇ ਨਾਲ ਜਿਹੜਾ ਉਹ ਪਰਿਵਾਰ ਵੱਲੋਂ ਗੱਲ ਕੀਤੀ ਜਾਂਦੀ ਹੈ, ਤੇ ਮੈਂ ਅਰਦਾਸ ਵੀ ਕਰਦਾ ਵੀ ਮਹਾਰਾਜ ਕਿਰਪਾ ਕਰਕੇ ਇਸੇ ਤਰ੍ਹਾਂ ਇਹ ਏਕਾ ਜਿਹੜਾ ਉਹ ਸਾਰੇ ਪਰਿਵਾਰਾਂ 'ਚ ਬਖਸ਼ਿਸ਼ ਕਰਨ ਜੀ। ਤੁਸੀਂ ਸਟੇਟਮੈਂਟ ਦੀ ਗੱਲ ਕੀਤੀ ਹੈ, ਮੀਡੀਆ ਨੇ ਬਹੁਤ ਵਾਰੀ ਕਈ ਵਾਰੀ ਮਤਲਬ ਪਰਿਵਾਰਾਂ ਦੇ ਮੈਂਬਰਾਂ ਨੂੰ ਜਿੱਦਾਂ ਖਰੀਦਣ ਦੀ ਕੋਸ਼ਿਸ਼ ਕੀਤੀ ਆ ਵੀ ਉਹ ਕਿਸੇ ਦੇ ਬਾਰੇ ਕੋਈ ਗੱਲ ਕਰਨ, ਤੇ ਉਹਨਾਂ ਦਾ ਹਮੇਸ਼ਾ ਜਵਾਬ ਹੁੰਦਾ ਕਿਉਂਕਿ ਪੰਥ ਦੇ ਵਿੱਚ ਜਿੱਦਾਂ ਅੱਗੇ ਹੋ ਕੇ ਸਿੰਘ ਸਾਹਿਬ ਵਿਚਰਦੇ ਆ, ਉਹ ਕਹਿੰਦੇ ਆ ਜੀ ਇਹਦੇ ਬਾਰੇ ਤੁਸੀਂ ਸਿੰਘ ਸਾਹਿਬ ਨਾਲ ਗੱਲ ਕਰ ਲਓ, ਪਰਿਵਾਰ ਦੇ ਬਾਰੇ ਜਾਂ ਕੋਈ ਮਤਲਬ ਉਹਨਾਂ ਨੂੰ ਸਟੇਟਮੈਂਟ ਧਾਰਮਿਕ ਵੀ ਦੇਣੀ ਆ, ਤੇ ਜੇ ਧਾਰਮਿਕ ਗੱਲ ਆ ਤਾਂ ਉਹ ਕਹਿੰਦੇ ਜੀ ਬਾਬਾ ਹਰਨਾਮ ਸਿੰਘ ਜੀ ਮੁਖੀ ਦਮਦਮੀ ਟਕਸਾਲ ਆ ਉਹਨਾਂ ਨਾਲ ਗੱਲ ਕਰ ਲਓ। ਮਤਲਬ ਇੰਨਾ ਸਤਿਕਾਰ ਆ ਮਨ ਦੇ ਵਿੱਚ ਪਰਿਵਾਰ ਵੱਲੋਂ ਵੀ ਕਦੇ ਵੀ ਉਹਨਾਂ ਨੇ ਇਦਾਂ ਨੇ ਕਿਹਾ ਵੀ ਅਸੀਂ ਅੱਗੇ ਹੋ ਕੇ ਆਪਣੀ ਸਟੇਟਮੈਂਟ ਜਿਹਦਾ ਕੱਲਾ ਕੱਲਾ ਜਿਹਦਾ ਤੁਸੀਂ ਗੱਲ ਕਰੀ ਦਿੱਤੀ ਆ। ਕਈ ਵਾਰੀ ਜਥੇਬੰਦੀਆਂ 'ਚ ਵੀ ਬਹੁਤ ਦੇਖਿਆ ਵੀ ਭਾਵੇਂ ਜੀ ਜਥੇਬੰਦੀ ਦਾ ਆਗੂ ਕੋਈ ਹੋਵੇ ਲੇਕਿਨ ਹੋਰ ਜਿਹੜੇ ਹੁੰਦੇ ਵਰਕਰ ਲਾ ਲਓ ਜਾਂ ਇੱਦਾਂ ਕਰ ਲਓ ਸਾਥੀ ਲਾ ਲਓ, ਉਹਨਾਂ ਨੂੰ ਹੁੰਦਾ ਕਿ ਮੈਂ ਪਹਿਲਾਂ ਗੱਲ ਕਰ ਲਾਂ ਕਿਤੇ ਮੇਰੀ ਗੱਲ ਰਹਿ ਨਾ ਜਾਵੇ, ਪਰ ਇਹ ਆਪੋ ਧਾਪੀ ਜੀ ਮੈਂ ਪਰਿਵਾਰ 'ਚ ਦੇਖੀ ਨਹੀਂ। ਬਿਲਕੁਲ। ਤੇ ਹਾਂਜੀ ਹੋਣਾ ਵੀ ਇਹ ਭਾਈ ਰਣਜੀਤ ਸਿੰਘ ਜੀ ਇੱਥੇ ਤਾਂ ਚਾਹੀਦਾ, ਦੇਖੋ ਏਕੇ ਇਤਫਾਕ ਦੇ ਨਾਲ ਹੀ ਜਿਹੜੀ ਆ ਉਹ ਘਰ ਪਰਿਵਾਰ ਹੋਵੇ ਜਾਂ ਕੌਮ ਹੋਵੇ ਪੰਥ ਹੋਵੇ ਤਦ ਹੀ ਅੱਗੇ ਵੱਧਦਾ, ਤੇ ਜਦੋਂ ਏਕਾ ਇਤਫਾਕ ਨਹੀਂ ਹੈਗਾ ਤੇ ਚੰਗੀਆਂ ਚੰਗੀਆਂ ਜਥੇਬੰਦੀਆਂ ਚੰਗੇ ਚੰਗੇ ਕੌਮ ਦੇ ਸੰਘਰਸ਼ ਵੀ ਤੁਸੀਂ ਦੇਖੋ ਤਦ ਹੀ ਫੇਲ ਹੋਏ ਆ ਜਦੋਂ ਆਪਸੀ ਏਕਾ ਟੁੱਟ ਜਾਂਦਾ। ਜੇ ਏਕਾ ਮਜ਼ਬੂਤ ਰਹੇ
ਤੇ ਅੱਜ ਵੀ ਕੌਮ ਬਹੁਤ ਸਾਰੀਆਂ ਪ੍ਰਾਪਤੀਆਂ ਕਰ ਸਕਦੀ ਆ, ਤੇ ਅਸੀਂ ਅਰਦਾਸ ਕਰਦੇ ਹਾਂ ਵੀ ਇਹੋ ਜਿਹੇ ਪਰਿਵਾਰ ਜਿਹੜੇ ਅੱਜ ਵੀ ਕੌਮ ਦੇ ਵਾਸਤੇ ਸੇਵਾਵਾਂ ਕਰ ਰਹੇ ਆ, ਸਤਿਗੁਰੂ ਕਿਰਪਾ ਕਰੇ। ਜਿਵੇਂ ਦੋ ਵੇਲੇ ਅਰਦਾਸ ਦੇ ਵਿੱਚ ਵੀ ਆਪਾਂ ਬੇਨਤੀ ਕਰਦੇ ਹਾਂ ਨਾ ਵੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਸੋ ਜਿਨ੍ਹਾਂ ਨੇ ਉਹਦੇ ਨਾਮ ਨੂੰ ਧਿਆਇਆ, ਸਤਿਗੁਰੂ ਦੀ ਸੇਵਾ ਕੀਤੀ ਹੈ, ਪੰਥ ਲਈ ਕੁਰਬਾਨੀਆਂ ਕੀਤੀਆਂ, ਮਹਾਰਾਜ ਐਸੇ ਪਰਿਵਾਰਾਂ ਨਾਲ ਮੇਲ ਮਿਲਾਪ ਉਹ ਵਧਾਵੇ ਤਾਂ ਜੋ ਕੌਮ ਤੇ ਪੰਥ ਦੇ ਵਾਸਤੇ ਅੱਗੇ ਵੱਧ ਕੇ ਜਿਹੜਾ ਕੋਈ ਨਾ ਕੋਈ ਚੰਗੇ ਕਾਰਜ ਆਪਾਂ ਵੀ ਕਰ ਸਕੀਏ ਜੀ। ਭਾਈ ਵਿਗਿਆਲ ਸਿੰਘ ਜੀ, ਆਪਾਂ ਚਲੋ ਇੱਥੇ ਸੰਗਤਾਂ ਨੂੰ ਤੁਸੀਂ ਆਪਣੇ ਵੱਲੋਂ ਕੀ ਕਹਿਣਾ ਚਾਹੁੰਦੇ ਆ ਕਿ ਕੱਲ੍ਹ ਜਿਹੜਾ ਭਾਈ ਵੀਰ ਸਿੰਘ ਜੀ ਆ ਉਹਨਾਂ ਨੂੰ ਸ਼ਰਧਾਂਜਲੀ ਸਮਾਗਮ, ਭਾਵ ਜਦੋਂ 10 ਦਿਨ ਹੋ ਜਾਂਦੇ ਆ ਉਸ ਗੁਰਮਤਿ ਅਨੁਸਾਰ, ਉਦੋਂ ਆਪਾਂ ਦੁਸਹਿਰਾ ਵੀ ਕਹਿ ਦਿੰਦੇ ਹਾਂ ਉਹਨਾਂ ਦਾ, ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ, ਕੱਲ੍ਹ ਨੂੰ ਗੁਰਦੁਆਰਾ ਤੁਸੀਂ ਵੀ ਉਸਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਆ, ਗੁਰਦੁਆਰਾ ਸੰਤ ਖਾਲਸਾ ਪਿੰਡ ਰੋਡੇ, ਜੋ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲਾ ਦਾ ਜਨਮ ਸਥਾਨ ਆ, ਤੇ ਗੁਰਦੁਆਰੇ ਦਾ ਸਾਰੀ ਜਿਹੜੀ ਸੇਵਾ ਸੰਤ ਬਾਬਾ ਹਰਨਾਮ ਸਿੰਘ ਜੀ ਮੁਖੀ ਦਮਦਮੀ ਟਕਸਾਲ ਉਹਨਾਂ ਨੇ ਉਹਨਾਂ ਦੀ ਦੇਖ ਰੇਖ ਦੇ ਵਿੱਚ ਹੋਈ ਆ, ਤੇ ਅੱਜ ਹਰ ਮਤਲਬ ਸੰਗਰਾਂਦ ਤੇ ਉੱਥੇ ਅੰਮ੍ਰਿਤ ਸੰਚਾਰ ਵੀ ਹੁੰਦਾ ਆ, ਤੇ ਹੋਰ ਵੀ ਬਹੁਤ ਸਾਰੇ ਸਮਾਗਮ ਉਸ ਇਲਾਕੇ 'ਚ ਹੁੰਦੇ ਆ। ਕੱਲ੍ਹ ਦੇ ਪ੍ਰੋਗਰਾਮ ਬਾਰੇ ਤੁਸੀਂ ਆਪਣੀ ਜਥੇਬੰਦੀ ਵੱਲੋਂ, ਜਿੱਦਾਂ ਧਾਰਮਿਕ ਵਿੰਗ ਦੇ ਤੁਸੀਂ ਜਥੇਦਾਰ ਵੀ ਆ ਯੂਰਪ ਦੇ ਤੇ ਯੂਕੇ ਦੇ, ਕੀ ਕਹਿਣਾ ਚਾਹੁੰਦੇ ਆ ਆਪਣੇ ਸਾਰੇ ਜਥੇਬੰਦੀ ਵੱਲੋਂ ਜਾਂ ਆਪਣੇ ਸਿੰਘਾਂ ਵੱਲੋਂ? ਮੈਂ ਭਾਈ ਰਵੀਰ ਸਿੰਘ ਜੀ ਇਹੀ ਬੇਨਤੀ ਕਰਨੀ ਚਾਹਾਂਗਾ ਸਮੂਹ ਸਾਧ ਸੰਗਤ ਨੂੰ ਵੀ ਜਿੰਨੀ ਵੀ ਸਾਧ ਸੰਗਤ ਹੈ, ਕਿਉਂਕਿ ਹੁਣ ਖਾਸ ਕਰਕੇ ਪੰਜਾਬ 'ਚ ਆਪਾਂ ਵੇਖੀਏ ਵੀ ਕਣਕ ਬੀਜ ਲਈ ਆ ਸਾਰਿਆਂ ਨੇ, ਸੰਗਤਾਂ ਕੋਲ ਸਮਾਂ ਵੀ ਹੁੰਦਾ ਇਹਨਾਂ ਦਿਨਾਂ ਦੇ ਵਿੱਚ, ਜ਼ਰੂਰ ਜਿਹੜਾ ਵੱਧ ਚੜ ਕੇ ਆਪਾਂ ਉੱਥੇ ਪਹੁੰਚੀਏ ਤੇ ਬਾਪੂ ਵੀਰ ਸਿੰਘ ਜੀ ਹੁਣਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰੀਏ, ਤੇ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਸੀ ਵੀ 10 ਦਿਨਾਂ ਦੇ ਬਾਅਦ ਗੁਰਮਤਿ ਅਨੁਸਾਰ ਭੋਗ ਪਾਇਆ ਜਾਂਦਾ, ਜਿਹਨੂੰ ਆਪਾਂ ਦੁਸਹਿਰਾ ਵੀ ਕਹਿ ਦਿੰਦੇ ਹਾਂ ਵੀ ਗੁਰਮੁਖਾਂ ਦਾ ਦੁਸਹਿਰਾ ਮਨਾਇਆ ਗਿਆ, ਤੋ ਇੱਕ ਵੱਖਰਾ ਵਿਸ਼ਾ ਕਿਤੇ ਸਮਾਂ ਬਣਿਆ ਤੇ ਆਪਾਂ ਵੀ ਕਿਉਂ ਦੁਸਹਿਰਾ ਕਿਹਾ ਜਾਂਦਾ, ਕਿਉਂ ਮਨਾਇਆ ਜਾਂਦਾ, ਇਹਦੇ ਤੇ ਵੀ ਜ਼ਰੂਰ ਗੱਲ ਕਰਾਂਗੇ। ਨਹੀਂ ਤੇ ਕਈ ਵਾਰ ਸਾਡੇ ਮਨ 'ਚ ਆ ਜਾਂਦੀ ਵੀ ਸ਼ਾਇਦ ਹਿੰਦੂ ਰੀਤੀ ਨਾਲ ਹੀ ਇਹ ਗੱਲ ਜੁੜ ਗਈ ਆ ਵੀ ਜਿਵੇਂ ਰਾਵਣ ਨੂੰ ਸਾੜਿਆ ਸੀ ਦੁਸਹਿਰਾ ਮਨਾਇਆ ਜਾਂਦਾ, ਤੇ ਭਾਈ ਗੁਰਮਤਿ ਦਾ ਦੁਸਹਿਰਾ ਜਿਹੜਾ ਇੱਕ ਵੱਖਰਾ ਵਿਸ਼ਾ ਹੈ, ਤੇ ਜਿੰਨੀਆਂ ਵੀ ਸੰਗਤਾਂ ਪਹੁੰਚ ਸਕਦੀਆਂ ਨੇ ਜ਼ਰੂਰ ਪਹੁੰਚਣ, ਤੇ ਖਾਸ ਕਰਕੇ ਜਿਹੜਾ ਸਥਾਨ ਗੁਰਦੁਆਰਾ ਸੰਤ ਖਾਲਸਾ ਬਣਿਆ ਹੋਇਆ, ਦਾਸ ਨੇ ਅੱਖੀਂ ਦਰਸ਼ਨ ਕੀਤੇ ਨੇ, ਸੰਤ ਬਾਬਾ ਜਰਨੈਲ ਸਿੰਘ ਮਹਾਂਪੁਰਖਾਂ ਦੀ ਬੜੀ ਕਰੜੀ ਤਪੱਸਿਆ ਉਸ ਸਥਾਨ ਤੇ ਹੋਈ ਹੈ, ਜਦੋਂ ਜਾ ਕੇ ਆਪ ਜੀ ਦਰਸ਼ਨ ਕਰਦੇ ਹੋ ਤੇ ਥੱਲੇ ਭੋਰਾ ਸਾਹਿਬ ਦੇ ਵਿੱਚ ਜਿੱਥੇ ਸੰਤ ਮਹਾਂਪੁਰਖ ਬਹਿ ਕਰਕੇ ਕਈ ਕਈ ਘੰਟੇ ਨਾਮ ਸਿਮਰਨ ਕਰਿਆ ਕਰਦੇ ਸੀ, ਉੱਥੇ ਬੈਠਣ ਦਾ, ਦਰਸ਼ਨ ਕਰਨ ਦਾ ਜਾਂ ਜਪ ਕਰਨ ਦਾ ਜਿਹੜਾ ਆਨੰਦ ਹੈ ਉਹ ਉੱਥੇ ਜਾ ਕੇ ਮਾਣਿਆ ਜਾ ਸਕਦਾ, ਤੇ ਮੇਰੀ ਬੇਨਤੀ ਹੈ ਵੀ ਹਰ ਸੰਗਰਾਂਦ ਤੇ ਅੰਮ੍ਰਿਤ ਸੰਚਾਰ ਦੇ ਬਾਟੇ ਤਿਆਰ ਹੁੰਦੇ ਨੇ, ਜਿਹੜੀਆਂ ਸੰਗਤਾਂ ਅਜੇ ਗੁਰੂ ਵਾਲੀਆਂ ਨਹੀਂ ਬਣੀਆਂ ਉਹ ਜ਼ਰੂਰ ਭਾਈ ਸੰਗਰਾਂਦ ਵੀ ਥੋੜੇ ਦਿਨਾਂ ਤੱਕ ਆਉਣ ਵਾਲੀ ਹੈ, ਤਕਰੀਬਨ ਥੋੜੇ ਦਿਨ ਬਾਕੀ ਰਹਿ ਗਏ ਨੇ, ਸੋ ਸੰਗਰਾਂਦ ਦੇ ਉੱਪਰ ਵੀ ਦਰਸ਼ਨ ਦਿਓ ਜ਼ਰੂਰ, ਉੱਥੇ ਹਾਜ਼ਰੀਆਂ ਭਰੋ, ਤੇ ਕੱਲ੍ਹ ਨੂੰ ਖਾਸ ਕਰਕੇ ਜਿਵੇਂ ਅੱਜ ਤੇ ਇੰਗਲੈਂਡ ਦੇ ਵਿੱਚ ਹੁਣ ਆਪਣੇ ਕੋਲ ਰਾਤ ਦਾ ਸਮਾਂ ਉੱਧਰ ਸਵੇਰ ਦਾ ਸਮਾਂ ਹੋਣ ਵਾਲਾ ਹੈ ਪੰਜਾਬ ਦੀ ਧਰਤੀ ਤੇ, ਸੋ ਸਮੇਂ ਸਿਰ ਪਹੁੰਚ ਕਰਕੇ ਜਿਹੜਾ ਇਹਨਾਂ ਸ਼ਰਧਾਂਜਲੀ ਸਮਾਗਮਾਂ ਦੇ ਵਿੱਚ ਹਾਜ਼ਰੀ ਭਰੀਏ, ਤੇ ਪਹੁੰਚ ਰਹੇ ਸੰਤਾਂ ਮਹਾਂਪੁਰਖਾਂ ਦੇ ਗੁਰਮਤਿ ਦੇ ਵਿਚਾਰ ਸਾਂਝੇ ਕਰਦੇ ਨੇ ਉਹਨਾਂ ਨੂੰ ਸਰਵਣ ਕਰੀਏ, ਤਾਂ ਜੋ ਸਾਡੇ ਜੀਵਨ ਦੇ ਵਿੱਚ ਵੀ ਕੋਈ ਨਾ ਕੋਈ ਬਦਲਾਅ ਆਵੇ, ਨਹੀਂ ਤੇ ਬਾਕੀ ਜੀਵਨ ਦੀਆਂ ਜਿਹੜੀਆਂ ਤੰਗੀਆਂ ਤਰੁੱਟੀਆਂ ਜਾਂ ਆਲੇ ਦੁਆਲੇ ਦੀਆਂ ਗੱਲਾਂ ਉਹ ਭਾਈ ਰਵੀਰ ਸਿੰਘ ਜੀ ਚੱਲਦੀਆਂ ਰਹਿਣੀਆਂ, ਪਰ ਇਸ ਸਮੇਂ ਦੇ ਵਿੱਚ ਹਾਜ਼ਰੀ ਭਰੀਏ, ਕਿਉਂਕਿ ਅੰਤ ਸਮਾਂ ਹਰ ਇੱਕ ਦਾ ਲਿਖਿਆ ਆ ਆਉਣਾ ਆ, ਤੋ ਸਤਿਗੁਰੂ ਕਿਰਪਾ ਕਰੇ ਤਾਂ ਜੋ ਜਿਹੜਾ ਬਾਕੀ ਸਵਾਸ ਬਚਦੇ ਆ ਉਹ ਗੁਰੂ ਦੇ ਨਾਲ, ਗੁਰੂ ਕੀ ਗੁਰਬਾਣੀ ਦੇ ਨਾਲ ਸਾਡੇ ਨਿਭ ਸਕਣ ਜੀ। ਭਾਈ ਵਿਗਿਆਲ ਸਿੰਘ ਜੀ, ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਇਹਦੇ ਲਈ ਨਾਲ ਮੈਂ ਇਹ ਵੀ ਦੱਸ ਦੇਵਾਂ ਕਿ ਆਵਾਜ਼ੇ ਕੌਮ ਟੀਵੀ ਵੱਲੋਂ ਇਹ ਜਿਹੜਾ ਸਾਰਾ ਪ੍ਰੋਗਰਾਮ ਆ ਕੱਲ੍ਹ ਜਿੱਦਾਂ ਦਿਖਾਇਆ ਜਾਵੇਗਾ, ਉੱਥੋਂ ਸਿੱਧਾ ਪ੍ਰਸਾਰਣ ਹੋਵੇਗਾ, ਤੇ ਇੱਕ ਵਾਰੀ ਆਪਣੇ ਵੱਲੋਂ ਵੀ ਆਵਾਜ਼ੇ ਕੌਮ ਟੀਵੀ ਵੱਲੋਂ ਵੀ ਮੈਂ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਕੱਲ੍ਹ ਇੰਡੀਆ ਦੇ ਟਾਈਮ ਨਾਲ ਤਕਰੀਬਨ 11 ਵਜੇ ਤੋਂ ਜਾਂ 11:30 ਤੋਂ ਸਮਾਗਮ ਸ਼ੁਰੂ ਹੋ ਜਾਣੇ ਆ, 2:30 ਵਜੇ ਤੱਕ ਚੱਲਣੇ ਆ, ਜਿਹਦੇ ਵਿੱਚ ਸੰਤ ਬਾਬਾ ਹਰਨਾਮ ਸਿੰਘ ਜੀ ਮੁਖੀ ਦਮਦਮੀ ਟਕਸਾਲ ਤੇ ਹੋਰ ਜਿਹੜੀਆਂ ਪੰਥ ਸ਼ਖਸੀਅਤਾਂ ਪਹੁੰਚ ਰਹੀਆਂ ਹਨ। ਸੋ ਇੱਥੇ ਇੰਗਲੈਂਡ ਵੱਲੋਂ ਭਾਈ ਪ੍ਰਗਟ ਸਿੰਘ ਹੁਣਾਂ ਦਾ ਇਟਲੀ ਵੱਲੋਂ ਵੀ ਫੋਨ ਆਇਆ ਸੀ ਕਿ ਉਹਨਾਂ ਨੇ ਵੀ ਆਪਣੇ ਵੱਲੋਂ ਅਪੀਲ ਕੀਤੀ ਆ, ਤੇ ਹੋਰ ਜਥੇਬੰਦੀ ਦੇ ਸਾਰੇ ਸਿੰਘਾਂ ਨੇ ਬੇਨਤੀ ਕੀਤੀ ਆ ਕਿ ਉੱਥੇ ਜ਼ਰੂਰ ਵੱਧ ਤੋਂ ਵੱਧ ਸੰਗਤਾਂ ਕੱਲ੍ਹ ਨੂੰ ਪਹੁੰਚ ਕੇ
ਬਹੁਤ ਹੀ ਸਤਿਕਾਰਯੋਗ ਭਾਈ ਵੀਰ ਸਿੰਘ ਜੀ ਜੋ ਸਾਡੇ ਵਿੱਚ ਨਹੀਂ ਰਹੇ, ਉਹਨਾਂ ਦੇ ਦਸਵੇਂ ਤੇ ਜਿਹੜਾ ਸ੍ਰੀ ਅਖੰਡ ਸਾਹਿਬ ਦਾ ਭੋਗ ਪਾਇਆ ਜਾਵੇਗਾ, ਤੇ ਉਦੋਂ ਬਾਅਦ ਗੁਰਬਾਣੀ ਦਾ ਕੀਰਤਨ, ਕਥਾ ਤੇ ਵਿਚਾਰ, ਸ਼ਰਧਾਂਜਲੀ ਸਮਾਗਮ ਹੋਵੇਗਾ, ਉਹਦੇ ਵਿੱਚ ਜ਼ਰੂਰ ਹਾਜ਼ਰੀ ਭਰੀਏ। ਭਾਈ ਵਗੇਲ ਸਿੰਘ ਜੀ, ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ, ਤੇ ਫਿਰ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਫਿਰ ਦਰਸ਼ਨ ਕਰਾਂਗੇ। ਵਾਹਿਗੁਰੂ ਜੀ ਕਾ ਜੀ ਖਾਲਸਾ, ਕਾ ਖਾਲਸਾ, ਵਾਹਿ ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ ਜੀ ਜੀ। ਫਤਿਹ ਜੀ। ਸਾਧ ਸੰਗਤ ਜੀ, ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ, ਦੇਖਦੇ ਰਹੋ ਆਵਾਜ਼ ਦੇ ਕੌਮ ਟੀਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।